ਪਤੰਗ ਨੇ ਪਤੰਗ ਡਰੋਨ ਦੇ ਨੇੜੇ ਨੌਜਵਾਨ ਲੈ ਗਿਆ। ਡਰੋਨ ਪਤੰਗ ਤੋਂ ਦੂਰ ਭੱਜਦਾ ਹੋਇਆ ਨਜ਼ਰ ਆ ਰਿਹਾ। ਦੇਖ ਰਹੇ ਹੋ ਕਿ ਡਰੋਨ ਫਿਰ ਇਸ ਪਾਸੇ ਵੱਲ ਆਉਂਦਾ ਹੋਇਆ ਦਿਖਾਈ ਦੇ ਰਿਹਾ, ਹਾਲਾਂਕਿ ਪਿੱਛੇ ਹੀ ਰੋਕ ਲਿਆ ਗਿਆ। ਕਿਸਾਨਾਂ ਨੇ ਇਸ ਪਾਸੇ ਪਤੰਗ ਵੀ ਚੜਾਏ ਹੋਏ ਆ, ਤੇ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਡਰੋਨ ਆਊਗਾ ਤਾਂ ਅਸੀਂ ਉਹਦਾ ਸਾਹਮਣਾ ਪਤੰਗਾਂ ਨਾਲ ਕਰਾਂਗੇ। ਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਡਰੋਨ ਪਤੰਗ ਵੀ ਨੌਜਵਾਨ ਡਰੋਨ ਦੇ ਕੋਲ ਲਿਜਾਂਦੇ ਹੋਏ ਨਜ਼ਰ ਆ ਰਹੇ ਆ। ਇਸ ਸਮੇਂ ਪਤੰਗ ਤੇ ਡਰੋਨ, ਕਿਸਾਨਾਂ ਨੇ ਜਿੱਥੇ ਪਤੰਗ ਚੜਾਏ ਹੋਏ ਆ ਉੱਥੇ ਨਾਲ ਹੀ ਦੂਸਰੇ ਪਾਸੇ ਤੋਂ ਡਰੋਨ ਆਉਂਦਾ ਹੋਇਆ ਦਿਖਾਈ ਦੇ ਰਿਹਾ, ਤਾਂ ਦੂਜੇ ਪਾਸੇ ਤਸਵੀਰਾਂ ਦਿਖਾ ਦਿਆਂ ਕਿ ਗੋਲੇ ਦਾਗੇ ਜਾ ਰਹੇ ਧੂੰਆਂ। ਤੁਸੀਂ ਦੇਖ ਰਹੇ ਹੋ ਕਿ ਜਦੋਂ ਗੋਲਾ ਬਲਾਸਟ ਹੁੰਦਾ ਤਾਂ ਕਿਸ ਤਰ੍ਹਾਂ ਧੂੰਆਂ ਉੱਡਦਾ, ਹਾਲਾਂਕਿ ਹਵਾ ਫਿਰ ਹਰਿਆਣੇ ਵਾਲੇ ਪਾਸੇ ਦੀ ਹੈ। ਜੇਕਰ ਧੂੰਆਂ ਉੱਡਦਾ ਤਾਂ ਜਾਂਦਾ ਉਹ ਫਿਰ ਹਰਿਆਣੇ ਵੱਲ ਨੂੰ ਹੈ। ਪਰ ਦੂਜੇ ਪਾਸੇ ਡਰੋਨ ਨਾਲ ਪਤੰਗਾਂ ਦਾ ਮੁਕਾਬਲਾ ਚੱਲ ਰਿਹਾ, ਕਿਸਾਨਾਂ ਦੇ ਪਤੰਗ ਤੇ ਪੁਲਿਸ ਫੋਰਸ ਦਾ ਡਰੋਨ ਉੱਡਦਾ ਹੋਇਆ ਨਜ਼ਰ ਆ ਰਿਹਾ, ਤੇ ਦਰਮਿਆਨ ਗੋਲੇ ਡਿੱਗਦੇ ਹੋਏ ਤੁਸੀਂ ਦੇਖ ਰਹੇ ਹੋ। ਇਸ ਸਮੇਂ ਸ਼ੰਭੂ ਬੈਰੀਅਰ ਤੋਂ ਜੋ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ, ਹਾਲਾਂਕਿ ਸਰਕਾਰ ਦੇ ਨਾਲ ਮੀਟਿੰਗ ਵੀ ਚੱਲ ਰਹੀ ਹੈ। ਜਿਉਂ ਜਿਉਂ ਡਰੋਨ ਵੱਲ ਜਾਂਦਾ ਤਾਂ ਡਰੋਨ ਨੂੰ ਫੋਰਸਿਸ ਪਿੱਛੇ ਲੈ ਗਈਆਂ। ਸੋ ਪਤੰਗਾਂ ਦੇ ਚੱਲਦਿਆਂ ਡਰੋਨ ਦਾ ਪਿੱਛੇ ਜਾਣਾ ਨੌਜਵਾਨਾਂ ਦੇ ਵਿੱਚ ਉਤਸ਼ਾਹ ਵਧਾ ਰਿਹਾ। ਸੋ ਜਿੰਨਾ ਪਿੱਛੇ ਡਰੋਨ ਗਿਆ ਨੌਜਵਾਨ ਪਤੰਗ ਵੀ ਉਹਨੇ ਪਿੱਛੇ ਲੈ ਗਏ। ਸੋ ਡਰੋਨ ਵਾਪਸ ਮੁੜ ਚੁੱਕਿਆ, ਪਰ ਇੱਕ ਵਾਰੀ ਡਰੋਨ ਫਿਰ ਇਸ ਪਾਸੇ ਵੱਲ ਵਾਧਾ ਹੋਇਆ ਦਿਖਾਈ ਦੇ ਰਿਹਾ, ਤੇ ਡਰੋਨ ਦੇ ਵੱਲੋਂ ਗੋਲੇ ਦਾਗੇ ਜਾ ਰਹੇ ਆ। ਤੁਸੀਂ ਤਸਵੀਰਾਂ ਇਸ ਸਮੇਂ ਦੇਖ ਰਹੇ ਹੋ ਕਿ ਡਰੋਨ ਦੇ ਵੱਲੋਂ ਗੋਲੇ ਦਾਗੇ ਜਾ ਰਹੇ ਆ। ਪਤੰਗ ਨੇ ਪਤੰਗ ਡਰੋਨ ਦੇ ਨੇੜੇ ਨੌਜਵਾਨ ਲੈ ਗਿਆ। ਡਰੋਨ ਪਤੰਗ ਤੋਂ ਦੂਰ ਭੱਜਦਾ ਹੋਇਆ ਨਜ਼ਰ ਆ ਰਿਹਾ। ਸੋ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਤੰਗ ਤੇ ਡਰੋਨ, ਡਰੋਨ ਗੋਲੇ ਸਿੱਟਣ ਦੇ ਲਈ ਆਉਂਦਾ ਪਰ ਪਤੰਗ ਨੌਜਵਾਨ ਨੇੜੇ ਲੈ ਜਾਂਦੇ ਨੇ, ਤੇ ਡਰੋਨ ਨੂੰ ਵਾਪਸ ਫਿਰ ਉਤਰਨਾ ਪੈਂਦਾ।